गुड इवनिंग टू ऑल ऑफ दिस स्वागत है तेजे अपने चैनल एम एस डबल्यू स्टडी फॉर जॉब तुम देख रहे हो एम एस डबल्यू स्टडी फॉर जॉब गल करा अज्ले लैक्चर की जी लैक्चर नंबर है अपना बानवे ठीक है लैक्चर नंबर रहेगा बानवे लगभग सारे तक नोटिफिकेशन चला गया है चलो बन मिनट ਜੀ ਸਟਾਰਟ ਕਰਾਂਗੇ ਅੱਜ ਦਾ ਕੁਐਸਚਨ ਕੀ ਰਹੇਗਾ 81 ਤੋਂਪ ਸਟਾਰਟ ਕਰਨਾ ਹੈ ਠੀਕ ਹੈ ਸਾਰਿਆਂ ਲਈ ਗੁੱਡ ਮਾਰਨਿੰਗ ਔਰ ਬਾਅਦ ਥੋੜੀ ਜਿਹੀ ਚੱਲ ਰਹੀ ਹੈ ਅੱਜ ਨੈਟਵਰਕ ਦੀ ਪ੍ਰੋਬਲਮ ਆ ਸਕਦੀ ਆਪਾਂ ਨੂੰ ਔਰ ਫਿਰ ਵੀ ਜੇਕਰ ਕਲਾਸ ਕਿਸ ਤਰ੍ਹਾਂ ਚੱਲ ਰਹੀ ਹੈ ਜਰੂਰ ਦੱਸੋ ਇੱਕ ਵਾਰ ਠੀਕ ਹੈ ਔਰ ਪੰਜ ਚਾਰ ਮਿੰਟ ਪਰ ਲੇਟ ਹੈਗੀ ਅੱਜ ਹਰ ਰੋਜ਼ ਨਾਲੋਂ ਕਿਉਂਕਿ ਬਾਅਦ ਚ ਕਰਕੇ ਅ ਚਲੋ ਫਿਰ ਵੀ ਦੇਖਦੇ ਹਾਂ ਆਪਾਂ ਅੱਜ ਦਾ ਲੈਕਚਰ ਕਿਸ ਤਰ੍ਹਾਂ ਲੈਂਦਾ ਹੈ ਹਾਂਜੀ ਨੋਟੀਫਿਕੇਸ਼ਨ ਵੀ ਅੱਜ ਚਲਾ ਗਿਆ ਵੈਸੇ ਤਾਂ ਸਾਰਿਆਂ ਕੋਲ ਚਲੋ ਲੈਕਚਰ ਆਏਗਾ 92 ਨੰਬਰ ਇਸ ਤੋਂ ਪਹਿਲਾਂ 91 ਲੈਕਚਰ ਬਣ ਚੁੱਕੇ ਹੈ ਗੱਲ ਚੱਲ ਰਹੀ ਹੈ ਪੰਜਾਬੀ ਮਾਸਟਰਕੀਡਰ ਦੀ ਪੰਜਾਬੀ ਮਾਸਟਰਕੀਡਰ ਇਗਜ਼ਾਮ ਦੀ ਜੋ ਤਿਆਰੀ ਕਰ ਰਹੇ ਉਹਨਾਂ ਲਈ ਹਰ ਰੋਜ਼ ਮਾਰਨਿੰਗ ਜਿਹੜੀ ਕਲਾਸ ਹੁੰਦੀ ਹੈ ਆਪਣੀ ਇਹ ਵਾਲੀ 10 ਵਜੇ ਠੀਕ ਹੈ ਠੀਕ ਹੈ ਜੀ ਚਲੋ ਸਟਾਰਟ ਕਰੋ ਅੱਜ ਦਾ ਕੁਐਸਚਨ ਦਾ ਆਨਸਰ ਕੀ ਰਹੇਗਾ ਫਸਟ ਰਹੇਗਾ ਲੱਕ ਟੂਨੂ ਟੂਨੂ ਕਾਪ ਸੰਗ੍ਰਹਿ ਦਾ ਰਚਨਾਹਾਰਾ ਹੈ ਆਨਸਰ ਕਰੋ ਕੀ ਰਹੇਗਾ ਜੀ हां जिन्ने ਅੱਜ ਕਿਉਂ ਲਾਈਕ ਕਰ ਦੋ ਸਾਰੇ ਬਹੁਤ ਹੀ ਜਿਹੜੀ ਵਧੀਆ ਇਹ ਤੁਹਾਡੀ ਥਿੰਕਿੰਗ ਹੈਗੀ ਹੈ ਜੋ ਬੋਰ ਹੈ ਕਿ ਲਾਈਕ ਕਰ ਦੋ ਲਾਈਕ ਤੁਹਾਡਾ ਨਿੱਜੀ ਫਰਜ਼ ਹੈ ਔਰ ਸ਼ੇਅਰ ਵੀ ਕਰ ਦੋ ਤਾਂ ਕਿ ਸਾਰੇ ਤੇ ਇੱਕ ਵੀਡੀਓ ਪਹੁੰਚ ਜਾਵੇ ਚਲੋ ਕਰਾਂ ਅਨਸਰ ਲਾਕ ਟੂ ਨੂੰ ਟੂ ਨੂੰ ਦਾ ਚੁਕਾਬ ਸੰਗ੍ਰਹਿ ਹੈ ਇਸ ਦਾ ਕਰਤਾ ਕੌਣ ਹੈ ਜੀ ਅਨਸਰ ਤੁਹਾਡਾ ਨਾ ਸਟਾਰਟ ਹੋ ਚੁੱਕਿਆ ਹੈ ਇੱਕ ਵਾਰ ਦੱਸੋ ਥੋੜਾ ਜਿਹਾ ਵਾਇਸ ਕੁਆਲਿਟੀ ਠੀਕ ਹੈ ਔਰ ਵੀਡੀਓ ਵਧੀਆ ਚੱਲ ਰਿਹਾ ਹੈ ਕੋਈ ਬਫਰਿੰਗ ਤਾਂ ਨਹੀਂ ਹੈ ਇੱਕ ਵਾਰ ਜ਼ੋਰ ਦੱਸੋ ਹਾਂ ਅੰਸਰ ਤੁਹਾਡਾ ਨਾ ਸਟਾਰਟ ਟੱਕੇ ਬਿਲਕੁਲ ਅੰਸਰ ਬੀ ਹੀ ਰਹੇਗਾ ਦਿਵਿੰਦਰ ਸਥਾਰਤੀ ਬਿਲਕੁਲ ਰਾਈਟ ਅੰਸਰ ਹੈਗਾ ਦਿਵਿੰਦਰ ਸਥਿਆਰਤੀ ਅੰਸਰ ਪਹਿਲੇ ਦਾ ਜੀ ਲਖਤ ਨੂੰ ਨੂੰ ਕਾਵ ਸੰਗ੍ਰਹਿ ਦੀ ਰਚਨਕਾਰ ਕੌਣ ਹੈ ਦਿਵਿੰਦਰ ਸਥਿਆਰਤੀ ਨੇ ਅੰਸਰ ਆਲ ਅਗਲੇ ਤੇ ਆ ਜੀ ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਆਨਸਰ ਕਰੋ ਕੀ ਰਹੇ ਬਹੁਤ ਵਾਰੀ ਜਿਹੜਾ ਕਰ ਚੁੱਕੇ ਆਪਾਂ ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਆਨਸਰ ਕਰੋ 82 ਦਾ ਕੀ ਰਹੇ ਜੀ ਠੀਕ ਹੈ ਆਨਸਰ ਤੁਹਾਡਾ ਬਿਲਕੁਲ ਸਹੀ ਆ ਰਿਹਾ ਹੈ ਸੁੰਦਰਾਨੀ ਜੀ ਆ ਚੁੱਕੇ ਆ ਗ੍ਰੀਮਾ ਸ਼ਰਮਾ ਠੀਕ ਹੈ ਪੂਨਮ ਮੱਕੜ ਵੀਰੇਂਦਰਪਾਲ ਜੀ ਠੀਕ ਹੈ ਆਨਸਰ ਕੀ ਰਹੇਗਾ ਅੰਮ੍ਰਿਤਪ੍ਰੀਤਮ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਦ ਕਦਮੀ ਪੁਰਸਕਾਰ ਮਿਲਿਆ ਹੈ ਇੱਕ ਚੀਜ਼ ਤੁਹਾਨੂੰ ਦੱਸ ਦੇ ਕਿ ਜੋ ਭਾਰਤੀ ਸਹਿਦ ਕਦਮੀ ਪੁਰਸਕਾਰ ਲੈ ਤਿੰਨਾਂ ਦੇ ਵਿੱਚੋਂ ਸ਼ੋਰ ਹੈ ਕਿ ਦੋ ਤੋਂ ਤਿੰਨ ਕੁਐਸਚਨ ਆ ਸਕਦੇ ਆ ਪਾਰਤੀ ਸਹਿਤ ਅਕਾਦਮੀ ਪੁਰਸਕਾਰਾਂ ਤੇ ਠੀਕ ਹੈ ਤਾਂ ਆਪਾਂ ਤਾਂ ਲਗਭਗ ਸਾਰੇ ਹੀ ਕਰ ਰਹੇ ਹਾਂ ਔਰ ਕੋਈ ਛੱਡੇ ਨਹੀਂ ਆਪਾਂ ਓਕੇ ਆਨਸਰ ਇਸ ਦਾ ਰਹੇਗਾ ਸੁਨੇੜੇ ਠੀਕ ਹੈ ਅੰਬਰਤ ਅਪਰੀਦੀ ਕਿਸ ਪੁਸਤਕ ਨੂੰ ਪਾਰਤੀ ਸਹਿਤ ਅਕਾਦਮੀ ਅਵਾਰਡ ਮਿਲਿਆ ਹੈ ਸੁਨੇੜੇ ਬਿਲਕੁਲ ਰਾਈਟ ਆਨਸਰ ਰਹੇਗਾ ਈਡੀ ਚਲੋ ਸੁਨੇੜੇ ਇਸ ਦਾ ਰਾਈਟ ਆਨਸਰ ਰਹੇਗਾ ਸੁਨੇੜੇ ਚਲੋ ਨੈਕਸਟ ਦੇਖਦੇ ਹਾਂ ਨੈਕਸਟ ਕੁਐਸਚਨ ਆਏਗਾ ਬਗਦੇ ਪਾਣੀ ਕਰਤਾ ਤਾਂ ਜਿਹੜਾ ਕਾਪ ਸੰਗ੍ਰਹਿ ਹੈ ਉਹ ਕਿਸ ਦਾ ਹੈ ਕਰ ਆਨਸਰ ਕੀ ਲੇਗਾ ਬਗਦੇ ਪਾਣੀ ਕਾਪ ਸੰਗ੍ਰਹਿ ਦਾ ਕਰਤਾ ਕੌਣ ਹੈ ਆਨਸਰ ਕੀ ਲੇਗਾ ਈਸ਼ਰ ਸਿੰਘ ਈਸ਼ਰ ਸ਼ਿਵ ਕੁਮਾਰ ਬਟਾਲਵੀ ਔਰ ਅੰਮ੍ਰਿਤਪ੍ਰੀਤਮ ਡਾਕਟਰ ਦਿਵਾਨ ਸਿੰਘ ਆਨਸਰ ਕੀ ਰਹੇਗਾ 83 ਦਾ ਆਨਸਰ ਕਰੋ ਜਲਦੀ ਜੀ ਬਗਦੇ ਪਾਣੀ ਕਾਪ ਸੰਗ੍ਰਹਿ ਦਾ ਕਰਤਾ ਕੌਣ ਹੈ ਆਨਸਰ ਕੀ ਰਹੇਗਾ ਜੀ ਈਸ਼ਰ ਸਿੰਘ ਹੈ ਸ਼ਿਵ ਕੁਮਾਰ ਬਟਾਲਵੀ ਹੈ ਅੰਮ੍ਰਿਤਪ੍ਰੀਤਮ ਹੈ ਡਾਕਟਰ ਦਿਵਾਨ ਸਿੰਘ ਹੈ ਰਾਈਟ ਅਨਸਰ ਕੀ ਹੋਣਾ ਚਾਹੀਦਾ ਜੀ ਕਰੋ 83 ਦਾ ਅਨਸਰ ਕੀ ਰਹੇਗਾ ਬਗਦੇ ਪਾਣੀ ਕਾਪ ਸੰਗ੍ਰਹਿਤਾ ਕਰਤਾ ਕੌਣ ਹੈ ਅਨਸਰ ਕਰੋ ਜੀ ਕੀ ਰਹੇਗਾ ਬਿਲਕੁਲ ਰਾਈਟ ਅਨਸਰ ਜੀ ਹਾਂ 83 ਦਾ ਤੁਸੀਂ ਕਰ ਦਿੱਤਾ ਲਗਭਗ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਕਿਉਂਕਿ ਬਗਦੇ ਪਾਣੀ ਤੋਂ ਹੀ ਪਤਾ ਲੱਗਦਾ ਹੈ तो की रहेगा डॉक्टर दिवान सिंह काले पानी से राइट आंसर रहेगा बिल्कुल डॉक्टर दिवान सिंह काले पानी से राइट आंसर रहेगा जी ओके सस्सा आंसर बिल्कुल राइट रहेगा ठीक है सारे लाडी मोर जी ठीक है कोई गल नहीं हाँ आंसर रहेगा बिल्कुल सही है सस्ा आंसर ਠੀਕ ਹੈ। ਚੈਲੀ ਚੰਦਰ ਜੀ ਕੋਈ ਗੱਲ ਨਹੀਂ ਸਭ ਠੀਕ ਹੈ ਚਲੋ। ਆਨਸਰ ਹੋ ਜਾਏਗਾ ਡਾਕਟਰ ਦਵਾਨ ਸਿੰਘ ਕਾਲੇਪੋਣੀ। ਅਗਲੀ ਤਿਆਜੋ ਬਿਰਖ ਅਰਜ ਕਰੇ ਕਾਪ ਸੰਗ੍ਰਹਿ ਦਾ ਕਰਤਾ ਕੌਣ ਹੈ ਕਰੋ ਆਨਸਰ। ਬਿਰਖ ਅਰਜ ਕਰੇ ਤੁਸੀਂ ਕਹਿ ਰਹੇ ਹੋ ਕਿ 4 ਟਰੈਕਟਰ ਚੱਲ ਪਿਆ। 4 ਟਰੈਕਟਰ ਤੁਹਾਡੇ ਉੱਤੇ ਤਾਂ ਕਿ ਕੋਈ ਡਿੱਗਣ ਨਹੀਂ ਲੱਗਿਆ ਹਨਾ। 4 ਟਰੈਕਟਰ ਤਾਂ ਇੱਥੇ ਹੀ ਹੈ। ਤੁਸੀਂ ਕਿਉਂ ਟੈਂਸ਼ਨ ਲਈ ਹੈ? ਚਲੋ ਕੋਈ ਗੱਲ ਨਹੀਂ। तोड़े तो, तो फोर ट्रैक्टर बहुत दूर है ठीक है आंसर करो नैक्सट क्वेश्चन का बिरख अर्ज करे काव्य संग्रह का करता कौन है चौरासी का आंसर जी हाँ चौरासी का आंसर करो जल्दी ओके चौरासी का आंसर आना स्टार्ट हो चुके लगभग तटा तो बिल्कुल ਸਰਜੀਤ ਪਾਤਰ ਬਿਰਖ ਅਰਜ਼ ਕਰੇ ਕਾਪ ਸੰਗ ਦਾ ਕਿਸਤਾ ਹੈ ਸਰਜੀਤ ਪਾਤਰ ਅਨਸਰ ਸੀ ਰਹੇਗਾ ਬਿਲਕੁਲ ਰਾਈਟ ਅਨਸਰ ਤੁਹਾਡਾ ਹੈ ਸੀ ਅਗਲੇ ਤੇ ਆਜੋ ਸਰਜੀਤ ਪਾਤਰ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਦ ਆਦਮੀ ਪੁਰਸਕਾਰ ਮਿਲਿਆ ਹੈ ਕਰਵੰਸਰ ਕਰ ਚੁੱਕੇ ਆਪਾਂ ਇਸ ਤੋਂ ਪਹਿਲਾਂ ਇਸ ਕੁਐਸਚਨ ਦਾ ਅਨਸਰ ਪਰ ਤੁਸੀਂ ਕੁਆਲੀਫਾਈ ਕਰੋ ਸਰਜੀਤ ਪਾਤਰ ਦੀ ਕਿਹੜੀ ਪੁਸਤਕ ਨੂੰ ਪਾਰਤੀ ਸਹਿਤ ਕਦਮੀ ਪੁਰਸਕਾਰ ਮਿਲਿਆ ਹੈ ਹਨੇਰੇ ਵਿੱਚ ਸੁਲਗਦੀ ਬਰਮਲਾ ਬਿਰ ਖਰਜ ਕਰੇ ਹਫਾ ਵਿੱਚ ਲਿਖੇ ਹਰ ਸਾਰੀਆਂ ਰਚਨਾਵਾਂ ਵੈਸੇ ਤਾਂ ਸੁਜੀਤ ਪਾਤਰ ਦੀਆਂ ਨੇ ਇਹ ਤਿੰਨੋ ਐ ਵੀ ਐ ਵੀ ਐ ਬੀ ਪਰ ਉਸ ਨੂੰ ਪਾਰਤੀ ਸਹਿਤ ਕਦਮੀ ਵਾਰਡ ਮਿਲਿਆ ਹੈ ਉਹ ਕਿਸ ਲਈ ਮਿਲਿਆ ਇਸ ਲਈ ਮਿਲਿਆ ਇਸ ਲਈ ਮਿਲਿਆ ਇਸ ਲਈ ਮਿਲਿਆ ਆਨਸਰ ਕਰੋ ਕੀ ਰਹੀ ਜੀ ਆਨਸਰ ਆ ਚੁੱਕਿਆ ਤੁਹਾਡਾ ਰਾਜਪਾਲ कौर ਸੋਨੀਆ अरोड़ा ਠੀਕ ਹੈ 85 ਦਾ ਅਨਸਰ ਬਿਲਕੁਲ ਤੁਹਾਡਾ ਉੜਾ ਬਿਲਕੁਲ ਸਹੀ ਹੈ ਨੇਰੇ ਵਿੱਚ ਸੁਲਗ ਦੀ ਬਰਨ ਵਾਲਾ ਦੇ ਲਈ ਸਰਜੀਤ ਪਾਤਰ ਨੂੰ ਕੀ ਮਿਲਿਆ ਹੈ 파rti ਸੈਦ ਕਦਮੀ ਪੁਰਸਕਾਰ ਮਿਲੇ ਬਿਲਕੁਲ ਰਾਈਟ ਅਨਸਰ ਰਹੇਗਾ ਉੜਾ ਅਗਲੇ ਤੇ ਆਜੋ ਜਗਤਾਰ ਦੀ ਕਿਹੜੀ ਪੁਸਤਕ ਹੈ ਜਿਸ ਨੂੰ 파rti ਸੈਦ ਕਦਮੀ ਪੁਰਸਕਾਰ ਮਿਲਿਆ ਕਰੋ ਅਨਸਰ ਜਗਤਾਰ ਜਗਤਾਰ ਦੀ ਕਿਹੜੀ ਪੁਸਤਕ ਹੈ ਜਿਸ ਨੂੰ ਭਾਰਤੀ ਸਹਿਤ ਕਦਮੀ ਪੁਰਸਕਾਰ ਮਿਲਿਆ ਜੀ ਸਾਰੇ ਲਾਈਕ ਕਰ ਦਿਓ ਲਗਭਗ 106 ਆਪਾਂ ਲਾਈਵ ਜੁੜ ਚੁੱਕੇ ਹਾਂ ਠੀਕ ਹੈ ਸਾਰੇ ਜਣੇ ਜਿਹੜਾ ਵੀਡੀਓ ਨੂੰ ਲਾਈਕ ਕਰ ਦਿਓ ਜਲਦੀ ਜਿੰਨੇ ਵੀ ਦੇਖ ਰਹੇ ਹੋ ਜੇਕਰ ਵਧੀਆ ਲੱਗ ਰਿਹਾ ਤਾਂ ਲਾਈਕ ਕਰੋ ਜੇਕਰ ਨਹੀਂ ਵਧੀਆ ਲੱਗ ਰਿਹਾ ਤਾਂ ਨਾ ਕਰੋ ਇਸ ਦੇ ਵਿੱਚ ਕੋਈ ਆਪਾਂ ਨੂੰ ਦਰਹਾ ਨਹੀਂ ਚਲੋ ਸਿਆਸੀ ਦਾ ਅਨਸਰ ਕਰੋ ਜਗਤਾਰ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਤ ਕਦਮੀ ਪੁਰਸਕਾਰ ਮਿਲਿਆ ਜਗਨੂ ਦੀਵਾ ਤੇ ਦਰਿਆ ਅਧੂਰਾ ਆਦਮੀ ਚੁਣ ਕਰੀ ਸ਼ਾਮ ਦੁੱਧ ਪਥਰੀ ਅਨਸਰ ਜੀ ਅਨਸਰ ਆ ਚੁੱਕੇ ਤੁਹਾਡਾ ਜਗਨੂ ਦੀਵਾ ਤੇ ਦਰਿਆ ਇਸ ਦੇ ਲਈ ਜਗਤਾਰ ਨੂੰ ਜਿਹੜਾ ਕੀ ਮਿਲਿਆ ਜਗਨੂ ਦੀਵਾ ਦੇ ਲਈ ਪਾਰਤੀ ਸਹਿਤ ਆਦਮੀ ਪੁਰਸਕਾਰ ਮਿਲਿਆ ਹੈ ਬਿਲਕੁਲ ਰਾਈਟ ਅਨਸਰ ਹੈਗਾ ਜੀ ਹਾਂ ਰਾਈਟ ਅਨਸਰ ਉਡਾ ਰਹੇਗਾ ਸਤ ਅਗਲੀ ਕਵਚਨ ਦਿਓ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਪਤਾ ਕਿਸ ਦੀ ਹੈ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਇੱਕ ਕਪਤਾ ਹੈ ਤਾਂ ਇਹ ਕਿਸ ਦੀ ਕਪਤਾ ਹੈ ਗੋਡਜੀਪੁਰ ਕੋਲ ਚਲੋ 27 ਦਾ ਆਨਸਰ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਪਤਾ ਕਿਸ ਦੀ ਹੈ ਪ੍ਰੋਫੈਸਰ ਮੋਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਪਾਸ਼ ਪਾਈਬੀਤ ਸਿੰਘ ਅੰਸਰ ਤੁਸੀਂ ਕਰ ਰਹੇ ਹੋ ਠੀਕ ਹੈ ਸਟਾਟਸੀ ਦਾ ਅੰਸਰ ਡੀ ਅੰਸਰ ਕਰ ਰਿਹਾ ਹੈ گلاب ਦਾ ਫੁੱਲ ਤੋੜਨ ਵਾਲੇ ਨੂੰ ਕਬਤਾ ਕਿਸ ਦੀ ਹੈ ਬਿਲਕੁਲ ਰਾਈਟ ਅੰਸਰ ਤੁਹਾਡਾ ਰਹੇਗਾ ਜੋ ਤੁਸੀਂ ਦੱਸ ਰਹੇ ਹੋ ਡੀ ਅੰਸਰ ਬਿਲਕੁਲ ਸਹੀ ਹੈ ਪਾਈ ਵੀਰ ਸਿੰਘ ਇਸ ਦਾ ਆਨਸਰ ਬਿਲਕੁਲ ਸਹੀ ਰਹੇਗਾ। ਪਾਈ ਵੀਰ ਸਿੰਘ ਠੀਕ ਹੈ। ਅੱਛਾ ਚੈਲੀ ਚੰਦਰ ਕਹਿੰਦੇ ਮੈਨੂੰ ਟਰੈਕਟਰ ਵਧੀਆ ਲੱਗਦਾ ਦੇਖਣ ਨੂੰ ਘੱਟ ਮਿਲਦਾ। ਜਦੋਂ ਕੋਈ ਗੱਲ ਤੁਸੀਂ YouTube ਸਰਚ ਬਾਕਸ ਦੇ ਵਿੱਚ ਜਾਓ ਉੱਥੇ ਟਰੈਕਟਰ ਸਰਚ ਮਾਰੋ 4 ਟਰੈਕਟਰ। ਠੀਕ ਹੈ 4 ਟਰੈਕਟਰ ਰਨਿੰਗ ਜਾਂ 4 ਟਰੈਕਟਰ ਫਾਈਟ ਕੁਝ ਵੀ ਸਰਚ ਮਾਰੋ ਤਾਂ ਤੁਹਾਨੂੰ ਮਿਲ ਜੀਗਾ ਤੁਸੀਂ ਟਰੈਕਟਰ ਦੇਖੋ। ਠੀਕ ਹੈ। ਨੇਾਰੇ ਲੋਕ ओके ਠੀਕ ਹੈ ਅਨਸਰ ਕਰੇ ਸੀ ਪੰਜ ਦਾ ਫੁੱਲ ਨੂੰ ਤੋੜਨ ਵਾਲਾ ਜੀ ਕਵਤਾ ਹੈ ਪਾਈ ਵੀਰ ਸਿੰਘ ਪਾਈ ਵੀਰ ਸਿੰਘ ਬਿਲਕੁਲ ਰਾਈਟ ਅਨਸਰ ਹੈਗਾ ਇਸ ਦਾ ਜੀ ਪਾਈ ਵੀਰ ਸਿੰਘ ਬਿਲਕੁਲ ਰਾਈਟ ਅਨਸਰ ਹੈਗਾ 87 ਦਾ ਅਗਲੇ ਕਵਚਨ ਤੇ ਆਜੋ ਮੇਰੇ ਸਾਇਆ ਜੀਉ ਪੁਸਤਕ ਦਾ ਕਰਤਾ ਕੌਣ ਹੈ ਅਨਸਰ ਕਰੋ 88 ਦਾ ਕੀ ਹੈ ਮੇਰੇ ਸਾਇਆ ਜੀਓ ਪੁਸਤਕਦਾਕਰਤਾ ਕੌਣ ਹੈ ਆਨਸਰ ਕਰੋ ਮੋਨ ਸਿੰਘ ਹੋਏਗਾ ਅੰਮ੍ਰਿਤਪ੍ਰੀਤਮ ਹੋਏਗੀ ਪਾਈਬਿਤ ਸਿੰਘ ਹੋਗਾ ਜਾਂ ਸ਼ਿਵ ਕੁਮਾਰ ਬਟਾਲਵੀ ਹੋਏਗਾ 88 ਦਾ ਆਨਸਰ ਜੀ ਕਰੋ ਜਲਦੀ ਘੋਟ ਪ੍ਰੇਂਦਰਪਾਲ ਜੀ ਨਾਈਸ 17 ਆ 88 ਦਾ ਆਨਸਰ ਜੀ ਕਰੋ ਜਲਦੀ ਠੀਕ ਹੈ 88 ਦਾ ਅੰਸਰ ਤੁਹਾਡਾ ਹੁਣ ਸਟਾਰਟ ਕੀਤਾ ਹੈ ਬਿਲਕੁਲ ਮੇਰੇ ਸਾਇਆ ਜੀਓ ਪੁਸਤਕ ਦਾ ਕਰਤਾ ਕੌਣ ਹੈ ਹਾਂ ਇਸ ਦਾ ਅੰਸਰ ਹੋਏਗਾ ਪਾਈ ਵੀਰ ਸਿੰਘ ਹਨਾ ਬਿਲਕੁਲ ਅੰਸਰ ਤੇ ਨਹੀਂ ਰਹੇਗਾ ਪਾਈ ਵੀਰ ਸਿੰਘ ਰਾਈਟ ਅੰਸਰ ਰਹੇਗਾ ਪਾਈ ਵੀਰ ਸਿੰਘ ਅਗਲੇ ਤੇ ਆਜੋ ਚਲੋ ਨੈਕਸਟ ਕੁਐਸਚਨ ਦੇਖਦੇ ਆ ਪਾਈ ਵੀਰ ਸਿੰਘ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਕਰਵਾਂਸ ਪਾਈ ਵੀਰ ਸਿੰਘ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਹੈ ਜੀ ਆਨਸਰ ਕੀ ਰਹੇਗਾ ਪਾਈ ਵੀਰ ਸਿੰਘ ਦੀ ਕਿਹੜੀ ਪੁਸਤਕ ਨੂੰ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਸਨੇੜੇ ਮੇਰੇ ਸਾਇਆ ਜੀਓ ਹਲਾਰੇ ਲਹਿਰ ਹਲਾਰੇ ਮਟਖਲਾਰੇ ਠੀਕ ਹੈ 99ਵਾਂ ਅਨਸਰ ਤੁਸੀਂ ਕਰ ਰਹੇ ਹੋ ਲਗਭਗ ਬਾਕੀ ਚੈੱਕ ਕਰਦੇ ਤੋਡ ਅਨਸਰ ਕੀ ਰਹੇਗਾ ਜੀ 99ਵਾਂ ਅਨਸਰ ਬਿਲਕੁਲ ਤੁਹਾਡਾ ਸਹੀ ਹੈ ਬੀ ਅਨਸਰ ਮੇਰੇ ਸਾਇਆ ਜੀਓ ਤਾਂ ਇਸ ਨੂੰ ਕੀ ਮਿਲਿਆ 파ਰਤੀ ਸਾਇਤ ਅਕਾਦਮੀ ਪੁਰਸਕਾਰ ਮਿਲਿਆ ਕਿਸ ਦੀ ਰਚਨਾ ਹੈ ਪਾਈ ਬੀਰ ਸਿੰਘ ਦੀ ਅਗਲੀ ਤੇ ਆਜੋ ਮੂਨ ਦੀ ਅੱਖ ਪੁਸਤਕ ਕਿਸ ਦੀ ਹੈ ਮੂਨ ਦੀ ਅੱਖ ਪੁਸਤਕ ਕਿਸ ਦੀ ਹੈ ਆਨਸਰ ਕਰੋ ਜੀ ਮੋਹਨ ਦੀ ਅੱਖ ਪੁਸਤਕ ਕਿਸ ਦੀ ਹੈ ਹਾਂ ਬਹੁਤ ਹੀ ਨਾਈਸ ਚੱਲ ਰਿਹਾ ਅੱਜ ਸਿਸਟਮ ਸਭ ਮੋਹਨ ਦੀ ਅੱਖ ਪੁਸਤਕ ਕਿਸ ਦੀ ਹੈ ਆਨਸਰ ਕੀ ਰਹੇਗਾ ਨਰਿੰਜਨ ਤਸਨੀਮ ਮੋਹਨ ਪੰਡਾਰੀ ਜਸਵੰਤ ਸਿੰਘ ਕੰਬਲ ਔਰ ਅਮਰਤਾ ਪ੍ਰੀਤ ਕਰੋ ਆਨਸਰ ਕੀ ਰਹੇਗਾ ਮੋਹਨ ਦੀ ਅੱਖ ਪੁਸਤਕ ਕਿਸ ਦੀ ਹੈ ਜੀ ਆਨਸਰ ਕਰੋ ਜਲਦੀ ਮੂਨ ਦੀ ਅੱਖ ਪੁਸਤਕ ਕਿਸ ਦੀ ਹੈ ਆਨਸਰ ਕਰੋ ਇਸ ਦਾ ਕੀ ਰਹੇਗਾ ਮੂਨ ਦੀ ਅੱਖ ਪੁਸਤਕ ਕਿਸ ਦੀ ਹੈ ਬਿਲਕੁਲ ਰਾਈਟ ਆਨਸਰ ਕਰੋ ਜੀ ਕੀ ਰਹੇਗਾ ਮੂਨ ਦੀ ਅੱਖ ਪੁਸਤਕ ਕਿਸ ਦੀ ਹੈ ਜੀ ਆਨਸਰ ਤੁਹਾਡਾ ਆ ਚੁੱਕਿਆ 2 ਨੰਬਰ ਮੋਹਨ ਪੰਡਾਰੀ ਬਿਲਕੁਲ ਰਾਈਟ ਆਨਸਰ ਤੁਹਾਡਾ ਸਹੀ ਹੈ ਮੋਹਨ ਪੰਡਾਰੀ ਇਸ ਦਾ ਰਾਈਟ ਆਨਸਰ ਰਹੇਗਾ ਠੀਕ ਹੈ ਮੋਹਨ ਪੰਡਾਰੀ चलो हाँ हम आप गल कर लिए थोड़ी जी जी सिक्स क्लास तुम्हें तो पता पेड क्लास अपनी स्टार्ट हो जा रही है जो कि पंद्रह जून तो ठीक है स्टार्टिंग फ्रॉम पंद्रह जून पेड क्लास है पेड क्लास का मतलब तू कुछ ना कुछ देना पेगा ठीक है एस एस टी मास्टर ग्रेड जो सिविक्स की पेड क्लास आप स्टार्ट कर रहे हैं सविक्स का तू ए एस एस टी मास्टर ग्रेड का पूरा सिलेबस जराप्लीट कराया जाएगा ठीक है जिसकी प्रैपरेशन सभी चल रही है अपनी लगभग पंद्रह जून तो स्टार्ट हो जा रही है ठीक है स्टार्टिंग होएगी और थ्योरी लैक्चर सो कराए जाएंगे थ्योरी लैक्चर प्लस तूमसी तो क्यूज टैस रखे जाएंगे ठीक है बिल्कुल उस सिलेबस के मुताबिक और फ्री पी डी एफ मिल जाएगा ਜਿੰਨਾ ਵੀ ਉਹ ਕੁਐਸਚਨ ਬਣਨਗੇ ਜਿੰਨੇ ਵੀ ਉਹ ਥਿਉਰੀ ਲੈਕਚਰ ਬਣਨਗੇ ਉਹਨਾਂ ਦਾ ਫ੍ਰੀ ਪੀਡੀਐਫ ਹਰ ਰੋਜ਼ ਡੇਲੀ ਮਿਲਿਆ ਕਰੇਗਾ ਤੁਹਾਨੂੰ ਔਰ ਇਸ ਤੋਂ ਇਲਾਵਾ 600 ਰੁਪਿਆ ਫੀਸ ਜਿਹੜੀ ਤੁਸੀਂ ਜੁਆਇਨ ਫੀਸ ਜਿਹੜੀ ਰੱਖੀ ਗਈ ਆਪਣੀ ਓਨਲੀ ਬਿਲਕੁਲ ਜਾਇਜ਼ ਫੀਸ ਹੈ 600 ਦੇ ਵਿੱਚ ਜਿਹੜੀ ਤੁਸੀਂ ਪੂਰੀ ਕਲਾਸ ਕਰ ਸਕਦੇ ਹੋ ਆਪਰ ਮਾਸਟਰ ਜੇਟ ਐਸਐਸਟੀ ਤਿਆਰੀ ਕਰ ਸਕਦੇ ਹੋ 600 ਦੇ ਵਿੱਚ ਕਿਵੇਂ 600 ਦੇ ਵਿੱਚ ਕਿਵੇਂ ਕਰ ਸਕਦੇ ਹੋ ਤੁਸੀਂ ਮਾਸਟਰ ਜੇਟ ਐਸਐਸਟੀ ਦੀ ਤਿਆਰੀ ਕਿਉਂਕਿ ਐਸਐਸਟੀ ਦੇ ਲਈ ਜੋ ਹਿਸਟਰੀ ਦੀ ਕਲਾਸ ਆਪਣੀ ਉਹ ਬਿਲਕੁਲ ਫ੍ਰੀ ਚੱਲ ਰਹੀ ਹੈ ਠੀਕ ਹੈ ਤਾਨੂੰ ਪਤਾ ਹਰ ਰੋਜ਼ ਈਵਨਿੰਗ ਐਸਐਸਟੀ ਦੀ 4 ਵਜੇ ਕਲਾਸ ਹੁੰਦੀ ਹੈ ਔਰ ਇਸ ਤੋਂ ਇਲਾਵਾ ਸਵਿਕਸ ਦੀ ਆਪਾਂ ਪੇਡ ਕਲਾਸ ਰੱਖੀ ਹੈ ਜੋ ਕਿ 600 ਦੇ ਵਿੱਚ ਓਨਲੀ ਔਰ ਜੇਕਰ ਤੁਸੀਂ 8 ਜੂਨ ਤੋਂ ਬਾਅਦ ਕਲਾਸ ਜੁਆਇਨ ਕਰੋਗੇ ਤਾਂ ਕਿੰਨਾ ਲੱਗੇਗਾ 800 ਰੁਪਏ 200 ਦਾ ਤੜ ਨੁਕਸਾਨ ਹੋ ਸਕਦਾ ਹੈ ਪਰ ਇਸ ਤੋਂ ਇਲਾਵਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੋਵੇਗਾ ਜੇਕਰ ਜੁਆਇਨ ਕਲਾਸ ਕਰਨਾ ਚਾਹੁੰਦੇ ਹੋ ਠੀਕ ਹੈ ਇਸ ਕਲਾਸ ਤੇ ਇੰਟਰਸਟਡ ਹੋ ਤੁਸੀਂ ਤਾਂ ਵਟਸਐਪ ਨੰਬਰ ਰਹੇਗਾ ਸਿਰਫ ਇਹ ਵਾਲਾ 987873152 ਜਿਸ ਤੇ ਤੁਸੀਂ ਓਨਲੀ ਵਟਸਐਪ ਮੈਸੇਜ ਹੀ ਕਰਨਾ ਹੋਵੇਗਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਇਸ ਤਰ੍ਹਾਂ ਇੱਕ ਚੀਜ਼ ਤੁਹਾਨੂੰ ਦੱਸਦਾ ਆ ਆਪਣਾ ਜੋ ਹਿਸਟਰੀ ਦਾ ਲੈਕਚਰ ਈਵਨਿੰਗ ਹੁੰਦਾ ਹੈ ਹਨਾ ਈਵਨਿੰਗ ਲੈਕਚਰ ਆਪਣਾ ਹੁੰਦਾ ਜੋ ਕਿ ਹਿਸਟਰੀ ਨਾਲ ਸੰਬੰਧ ਜੋ ਕਿ ਆਪਾਂ ਕਰ ਰਹੇ ਆ ਪ੍ਰਾਚੀਨ ਹਿਸਟਰੀ ਮੰਨ ਲਓ ਭਾਰਤ ਦੀ ਹਿਸਟਰੀ ਹਨਾ ਭਾਰਤ ਦਾ ਇਤਿਹਾਸ ਕਰ ਰਹੇ ਆ ਤੇ ਆਪਾਂ ਨੇ ਸਿਲੇਬਸ ਦੇ ਵਿੱਚ ਪੰਜਾਬ ਦਾ ਇਤਿਹਾਸ ਵੀ ਹੈਗਾ ਕੀ ਹੈ ਪੰਜਾਬ ਦਾ ਇਤਿਹਾਸ ਪੰਜਾਬ ਦੇ ਇਤਿਹਾਸ ਨਾਲ ਸੰਬੰਧ ਤੇ ਇੱਕ ਲੈਕਚਰ ਆਪਾਂ ਕੱਲ ਅਪਡੇਟ ਕੀਤਾ 10ਵੀਂ ਕਲਾਸ ਦੀ ਕਲਾਸ ਦੇ ਜੋ ਬੁੱਕ ਹੈ ਉਸ ਦੇ ਵਿੱਚੋਂ HR एग्जाम चैनल ਤੇ ਠੀਕ ਹੈ HR एग्जाम ਸਟਡੀ ਚੈਨਲ ਤੇ ਇੱਕ ਲੈਕਚਰ ਅਪਡੇਟ ਕੀਤਾ ਜੋ ਬਿਲਕੁਲ ਤੁਹਾਡੇ ਸਿਲੇਬਸ ਦੇ ਮੁਤਾਬਕ ਹੈ ਪੰਜਾਬ ਦੀ ਹਿਸਟਰੀ ਦਾ ਠੀਕ ਹੈ ਮਾਸਟਰਕੀਟ ਦੇ ਲਈ ਉਹ ਉਹ ਲੈਕਚਰ ਜਰੂਰ ਤੁਸੀਂ ਦੇਖ ਲਿਓ ਲਗਭਗ 24 ਮਿੰਟਾਂ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਤੁਹਾਨੂੰ ਪੂਰਾ ਲੈਸਨ ਸਮਝਾਇਆ ਗਿਆ ਠੀਕ ਹੈ ਪੰਜਾਬ ਹਿਸਟਰੀ ਦਾ 10ਵੀਂ ਕਲਾਸ ਦੀ ਬੁੱਕ ਦੇ ਵਿੱਚੋਂ ਉਹ ਜਰੂਰ ਤੁਸੀਂ ਲੈਕਚਰ ਦੇਖ ਲਿਓ ਜਿੱਥੇ ਵਿੱਚ ਤੁਹਾਨੂੰ ਬਿਲਕੁਲ ਫਾਇਦਾ ਬੈਨੀਫਿਟ ਹੋਣ ਵਾਲਾ ਮਸਟ ਗੇਟ ਐਸਐਸਟੀ ਦੇ ਲਈ ਠੀਕ ਹੈ ਔਰ ਤੁਸੀਂ ਇਸ ਨੂੰ ਜੁਆਇਨ ਕਰਨ ਲਈ ਸਵਿਕਸ ਕਲਾਸ ਨੂੰ ਜੁਆਇਨ ਕਰਨ ਲਈ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਓਨਲੀ WhatsApp ਮੈਸੇਜ ਠੀਕ ਹੈ ਫੀਸ ਤੁਹਾਨੂੰ ਦੱਸ ਦਿੱਤੀ ਔਰ ਫੀਸ ਜਿਹੜੀ ਬਹੁਤ ਸਾਰੇ ਪੁੱਛ ਲੈਂਦੇ ਕਿ ਕਿਸ ਤਰ੍ਹਾਂ ਪੇ ਕਰੀਏ ਤੁਸੀਂ Paytm ਵੀ ਕਰ ਸਕਦੇ ਹੋ ਫੀਸ ਠੀਕ ਹੈ Paytm ਵਾਸਤੇ ਸੇਮ ਹੀ ਨੰਬਰ ਰਹੇਗਾ ਇਹ ਵਾਲਾ ਇਹ ਵਾਲਾ ਨੰਬਰ ਸੇਮ ਰਹੇਗਾ Paytm ਵੀ ਕਰ ਸਕਦੇ ਹੋ PhonePe ਵੀ ਕਰ ਸਕਦੇ ਹੋ Google Pay ਵੀ ਕਰ ਸਕਦੇ ਹੋ UPI ਵੀ ਕਰ ਸਕਦੇ ਹੋ Net Banking ਵੀ ਕਰ ਸਕਦੇ ਹੋ ਜਿਹੜਾ ਮੈਥਡ ਤੁਹਾਡੇ ਕੋਲ ਹੈ ਦੱਸ ਦਿਓ ਉਹੀ ਕਰ ਲਾਂਗੇ ਆਪਾਂ ਚਲੋ ਚਲਦੇ ਆਪਾਂ ਕੁਐਸਚਨ ਤੇ ਹਾਂਜੀ ਆਪਣਾ ਨੈਕਸਟ ਕੁਐਸਚਨ ਹੈ ਚਲੋ ਆਧੁਨਿਕ ਕਾਵ ਦਾ ਪ੍ਰਮੁੱਖ ਕਾਵ ਰੂਪ ਕਿਹੜਾ ਹੈ ਇਹ ਅਨਸਰ ਕਰਨਾ ਹੈ ਆਧੁਨਿਕ ਪੰਜਾਬੀ ਕਾਵ ਦਾ ਪ੍ਰਮੁੱਖ ਕਾਵ ਰੂਪ ਕਿਹੜਾ ਹੈ ਇਸ ਦਾ ਅਨਸਰ ਕਰ ਦਿਓ ਨਾਲ ਦੀ ਨਾਲ ਔਰ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਉਹ ਲੈਕਚਰ ਤੁਸੀਂ ਐਚ ਆਰ ਇਗਜ਼ਾਮ ਚੈਨਲ ਤੇ ਜਾ ਕੇ ਜਰੂਰ ਦੇਖ ਲਿਓ ਜੋ ਕਿ 24 ਮਿੰਟ ਦਾ ਲੈਕਚਰ ਬਣਿਆ ਪੰਜਾਬ ਹਿਸਟਰੀ ਦਾ ਪੰਜਾਬ ਹਿਸਟਰੀ ਦਾ ਟੌਪਿਕ ਹੈਗਾ ਆਪਣੇ ਜੋ ਕਿ ਮਾਸਟਰਕੀਟ ਐਸ ਐਸ ਟੀ ਵਿੱਚ ਪੁੱਛਿਆ ਜਾਣਾ ਉਹ ਟੌਪਿਕ ਹੈ ਪੰਜਾਬ ਦੀਆਂ ਪੰਘੋੜਕ ਵਿਸ਼ੇਸ਼ਤਾਵਾਂ ਅਤੇ ਇਸ ਦਾ ਇਤਿਹਾਸ ਉੱਤੇ ਪ੍ਰਭਾਵ ਬਿਲਕੁਲ ਤੁਹਾਡੇ ਸਿਲੇਬਸ ਦੇ ਮੁਤਾਬਕ ਹੈ ਐਸ ਐਸ ਟੀ ਮਾਸਟਰਕੀਟ ਦੇ ਉਹ ਲੈਕਚਰ ਜਰੂਰ ਦੇਖਿਓ ਐਚ ਆਰ ਇਗਜ਼ਾਮ ਚੈਨਲ ਤੇ ਠੀਕ ਹੈ ਜੀ ਆਨਸਰ ਕਰ ਦਿਓ 91 ਦਾ ਕੀ ਰਹੇਗਾ ओके okay, जी वीरेंद्रपाल ਕਹਿੰਦੇ ਮੂਨ ਦੀ ਅੱਖ ਨੂੰ 1993 ਦੇ ਵਿੱਚ ਅਵਾਰਡ ਅਛਾ ਮੂਨ ਦੀ ਅੱਖ ਨੂੰ 1993 ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਔਰ ਅਵਾਰਡ ਮਿਲਿਆ 1998 ਵਿੱਚ ਠੀਕ ਹੈ ਚਲੋ ਜੀ ਬਹੁਤ ਨਾਈਸ 91 ਦਾ ਅਨਸਰ ਕਰੋ ਠੀਕ ਹੈ ਅਨਸਰ ਦੋੜਾਣਾ ਸਟਾਰਟ ਕੀਤਾ ਹੈ D ਬਿਲਕੁਲ ਸਹੀ ਅਨਸਰ ਹੈਗਾ D ਇਕਨਮਿਤ ਅਨਸਰ ਹੈਗਾ ਡੀ ਉਪਰੋਕਤ ਸਾਰੇ ਠੀਕ ਹੈ ਤਾਂ ਸਾਰੇ ਹੀ ਪੰਜਾਬੀ ਆਧੁਨਿਕ ਪੰਜਾਬੀ ਕਾਵ ਦੇ ਪ੍ਰਮੁੱਖ ਕਾਵ ਰੂਪ ਹਨ ਓਕੇ ਅਗਲੀ ਤਾਂ ਜੋ ਅਰਹਸਵਾਦ ਦਾ ਮੂਲ ਆਧਾਰ ਕੀ ਹੈ ਆਪਾਂ ਦੇਖਦੇ ਹਾਂ ਕਿ ਅਰਹਸਵਾਦ ਕਵੀ ਹੈ ਕੋਈ ਹੈ ਨਾ ਅਰਹਸਵਾਦੀ ਕਵਤਾਵਾਂ ਲਿਖਦਾ ਹੈ ਤਾਂ ਰਿਹਸਵਾਦ ਦਾ ਮਤਲਬ ਕੀ ਆਪਾਂ ਕਹਿੰਦੇ ਇੱਕ ਰਿਹਸ ਹੈ ਇੱਕ ਰਾਜ਼ ਹੈ ਠੀਕ ਹੈ ਤਾਂ ਉਸ ਦਾ ਮਤਲਬ ਕੀ ਹੁੰਦਾ ਹੈ ਰਿਹਸਵਾਦ ਦਾ ਮੂਲ ਆਧਾਰ ਕੀ ਹੈ ਲੁਕਿਆ ਹੋਇਆ ਜਾਂ ਅਗਿਆਤ ਹੈ ਅਰਪਛਾਣਿਆ ਖੋਜ ਜਾਂ ਪਰਖ ਹੋਗੀ ਜਾਂ ਲੱਭਣਾ ਹੋਏਗਾ ਰਿਹਸਵਾਦ ਦਾ ਮੂਲ ਆਧਾਰ ਕੀ ਹੁੰਦਾ ਹੈ ਆਨਸਰ ਕਰੋ 92 ਦਾ 92 ਦਾ ਆਨਸਰ ਕੀ ਰਹੇਗਾ ਜੀ ਰਿਹਸਵਾਦ ਦਾ ਮੂਲ ਆਧਾਰ ਕੀ ਹੈ ਠੀਕ ਹੈ ਅਨਸਰ ਤੋੜਾ ਚੁੱਕਿਆ ਏ ਬਿਲਕੁਲ ਸਹੀ ਹੈ ਏ ਲੁਕਿਆ ਹੋਇਆ ਜਾਂ ਅਗਿਆਤ ਬਿਲਕੁਲ ਅਨਸਰ ਹੈਗਾ ਉੜਾ ਲੁਕਿਆ ਹੋਇਆ ਜਾਂ ਅਗਿਆਤ ਇਸ ਦਾ ਰਾਈਟ ਅਨਸਰ ਹੈਗਾ ਰਹਿਸ ਆਪਾਂ ਕਹਿੰਦੇ ਛੁਪਿਆ ਹੋਇਆ ਕੋਈ ਚੀਜ਼ ਅਗਿਆਤ ਇਸ ਦਾ ਰਹਿਪ ਨਹੀਂ ਜਾਣਦੇ ਇਹ ਰਾਜ਼ ਹੁੰਦਾ ਇੱਕ ਰਹਿਸ ਕੀ ਹੁੰਦਾ ਕਰਾਜ ਉਸ ਨੂੰ ਬੋਲਿਆ ਰਹਿਸਵਾਦ ਦਾ ਮੂਲ ਉਦਾਰ ਕੀ ਹੈ ਲੁਕਿਆ ਹੋਇਆ ਜਾਂ ਗਿਆਤ ਚੀਜ਼ਾਂ ਨੂੰ ਬਾਹਰ ਕੱਢਣਾ ਠੀਕ ਹੈ ਚਲੋ ਅਲੰਕਾਰ ਦਾ ਸ਼ਬਦਕ ਅਰਥ ਹੈ ਬਿਲਕੁਲ ਇੰਪੋਰਟੈਂਟ ਕੁਐਸਚਨ ਹੈ ਬੜਾ ਲੰਕਾਰ ਦਾ ਸ਼ਬਦਿਕ ਅਰਥ ਕੀ ਹੈ ਅਨਸਰ ਕਰੋ ਗਹਿਣਾ ਹੈ ਸਾਜ ਦਾ ਸਮਾਨ ਹੈ कविता जरूरी है या जरुकृत कोई नहीं हाँ जी तिरानवे का आंसर की रहेगा जल्दी करो अलंकार का शाब्दिक अर्थ की है गहना होएगा साज का समान होगा कविता जरूरी है जरूकत कोई नहीं ਅਨਸਰ ਤੁਸੀਂ ਕਰ ਰਹੇ ਹੋ ਬਿਲਕੁਲ ਤੁਹਾਡਾ ਦੇਖ ਲੈਨੇ ਇੱਕ ਵਾਰ ਚੈੱਕ ਕਰਕੇ ਹਾਂ ਅਨਸਰ ਕੀ ਰਹੇਗਾ ਜੋ ਬਿਲਕੁਲ ਗਹਿਣਾ ਗੈਣਾ ਅਨਸਰ ਸਹੀ ਹੈ ਨੰਬਰ 1 ਚਲੋ ਅਗਲੇ ਕਵਚਨ ਤੇ ਆਜੋ ਪਾਈ ਵੀਰ ਸਿੰਘ ਦਾ ਕਾਵ ਸੰਗ੍ਰਹਿ ਕਿਹੜਾ ਹੈ ਇਹਨਾਂ ਦੇ ਵਿੱਚ ਤੁਸੀਂ ਦੱਸਣਾ ਜੋ ਪਾਈ ਵੀਰ ਸਿੰਘ ਹੈ ਠੀਕ ਹੈ ਆਧੁਨਿਕ ਕਾਵ ਦਾ ਮੋਢੀ ਚੰਦ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਮੌਲਿਕ ਨਾਵਲ ਸੁੰਦਰੀ ਮਿਲ ਜਾਂਦਾ ਆਪਾਂ ਨੂੰ ਠੀਕ ਹੈ ਨਾਵਲ ਦੇਵੀ ਮੋਢੀ ਮੰਨੇ ਜਾਂਦੇ ਆ ਠੀਕ ਹੈ ਆਧੁਨਿਕ ਨਾਵਲ ਦੇ ਤਾਂ ਆਨਸਰ ਤੁਸੀਂ ਕਰੋਗੇ ਕਿ ਪਾਇਵੀਰ ਸਿੰਘ ਦਾ ਕਾਵ ਸੰਗ੍ਰਹਿ ਕਿਹੜਾ ਹੈ ਲਹਿਰਾਂ ਦਾ ਹਾਰ ਕਮਦੀ ਕਲਾਈ ਪ੍ਰੀਤ ਬੀਨਾ ਉਪਰਕ ਸਾਰੇ ਆਨਸਰ ਹੂੰ 93 ਦਾ ਆਨਸਰ ਹੋ ਚੁੱਕਿਆ ਬਿਲਕੁਲ ਸਾਰੇ ਅੱਛਾ ਆ ਸੌਰੀ ਹਾਂ 93 ਦਾ ਆਨਸਰ ਹੋ ਗਿਆ ਗਹਿਣਾ 93 ਦਾ ਆਨਸਰ ਹੋਇਆ ਗਹਿਣਾ ਠੀਕ ਹੈ ਅਲੰਕਾਰ ਦਾ ਸ਼ਬਦੀ ਅਰਥ ਹੈ ਗਹਿਣਾ ਔਰ 94 ਦਾ ਅਨਸਰ ਕਰੋ ਪਾਈ ਵੀ ਸਿੰਘ ਦਾ ਕਾਵਿ ਸੰਗ੍ਰਹਿ ਕਿਹੜਾ ਹੈ ਇਹਨਾਂ ਦੇ ਵਿੱਚੋਂ 94 ਦਾ ਅਨਸਰ ਬਿਲਕੁਲ ਰਾਈਟ ਬਲਵਿੰਦਰ ਕੌਰ ਜੀ ਜੀ ਸਵੀਚਿੰਗ ਅਨਸਰ ਆ ਚੁੱਕਿਆ ਦਿਵਿੰਦਰ ਖੰਮ ਠੀਕ ਹੈ ਦਿਵੀਸ ਦਾ ਅਨਸਰ ਡੀ ਚਾਰ ਅਨਸਰ ਹੈਗਾ ਬਿਲਕੁਲ ਸਹੀ ਤੁਹਾਡਾ ਬਿਲਕੁਲ ਸਹੀ ਅਨਸਰ ਹੈ ਸਸਾ ਚਲੋ ਆਨਸਰ ਆਏਗਾ 4 ਨੰਬਰ ਬਿਲਕੁਲ ਸਹੀ ਪਾਈਪ ਵੀਰ ਸਿੰਘ ਦੀ ਕਾਵ ਸੰਗ੍ਰਹਿ ਸਾਰੇ ਲਹਿਰਾਂ ਦੇ ਹਾਲ ਕਮ ਦੀ ਕਲਾਈ ਔਰ ਪ੍ਰੀਤ ਬੀਨਾ ਬਿਲਕੁਲ ਸਾਰੇ ਕਿਸ ਦੇ ਹੈਗੇ ਆ ਪਾਈਪ ਵੀਰ ਸਿੰਘ ਦੇ ਆਹ ਲੀਕ ਕੁਐਸਚਨ ਤੇ ਆਜੋ ਕਿਸ ਕਵੀ ਉੱਪਰ ਗੁਰਬਾਣੀ ਦਾ ਬਧੇਰੇ ਪ੍ਰਭਾਵ ਹੈ ਆਨਸਰ ਕਰੋ ਕੀ ਹੋਏਗਾ 95 ਦਾ ਆਨਸਰ ਉਹ ਕਿਹੜਾ ਕਵੀ ਹੈ ਜਿਸ ਉੱਪਰ ਗੁਰਬਾਣੀ ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ ਆਨਸਰ ਕਰੋ ਜੀ ਕੀ ਹੋਏਗਾ ਕਿਸ ਕਵੀ ਉੱਪਰ ਗੁਰਬਾਣੀ ਦਾ ਬਧੇਰੇ ਪ੍ਰਭਾਵ ਹੈ ਆਨਸਰ ਕੀ ਰਹੇਗਾ ਜੀ ਪ੍ਰੋਫੈਸਰ ਮੋਨ ਸਿੰਘ ਸਰਜੀਤ ਪਾਤਰ ਜਗਤਾਰ ਪਾਈ ਵੀਰ ਸਿੰਘ ਕਿਸ ਕਵੀ ਉੱਪਰ ਗੁਰਬਾਣੀ ਦਾ ਬਦੇਰੇ ਪ੍ਰਭਾਵ ਹੈ ਆਨਸਰ ਕੀ ਰਹੇਗਾ ਜੀ 95 ਦਾ ਆਨਸਰ ਕੀ ਰਹੇਗਾ ਕਿਸ ਕਵੀ ਉੱਪਰ ਗੁਰਬਾਣੀ ਦਾ ਬਦੇਰੇ ਪ੍ਰਭਾਵ ਹੈ ਆਨਸਰ ਕੀ ਰਹੇਗਾ ਜੀ ਬਿਲਕੁਲ ਆਨਸਰ ਹੈਗਾ ਪਾਈ ਵੀਰ ਸਿੰਘ ਬਿਲਕੁਲ ਤੁਹਾਡਾ ਆਨਸਰ ਸਹੀ ਹੋਗਾ ਪਾਈ ਵੀਰ ਸਿੰਘ ਦੇਰੇ ਜਿਆਦਾ ਗੁਰਮਤ ਕਾਵ ਨਾਲ ਜਿਹੜਾ ਕਹਿ ਸਕਦੇ ਆ ਗੁਰਬਾਣੀ ਦਾ ਇਹਨਾਂ ਤੇ ਪ੍ਰਭਾਵ ਜਿਆਦਾ ਮਿਲ ਜਾਂਦਾ ਹੈ ਠੀਕ ਹੈ ਅਗਲੀ ਤੇ ਆਜੋ ਸੋਨ ਸਿੰਘ ਮੀਸਾ ਹਨਾ ਐਸ ਐਸ ਦਾ ਮਤਲਬ ਹੋਏਗਾ ਸੋਨ ਸਿੰਘ ਮੀਸਾ ਸੋਨ ਸਿੰਘ ਮੀਸਾ ਨੂੰ ਕਿਹੜੇ ਕਾਪ ਸੰਗ੍ਰਹਿ ਲਈ ਭਾਰਤੀ ਸਹਿਤ ਕਦਮੀ ਪੁਰਸਕਾਰ ਜਾਂ ਅਵਾਰਡ ਮਿਲਿਆ ਹੈ ਆਨਸਰ ਕਰੋ ਕੀ ਰਹੇਗਾ 96 ਦਾ ਹਾਂ 95 ਦਾ ਡੀ ਹੋ ਚੁੱਕਿਆ ਪਾਈਪ ਸਿੰਘ ਬਿਲਕੁਲ ਤੁਹਾਡਾ ਸਹੀ ਹੈ 96 ਦਾ ਆਨਸਰ ਕਰੋ ਸੋਨ ਸਿੰਘ ਮੀਸਾ ਨੂੰ ਕਿਹੜੇ ਕਾਪ ਸੰਗ੍ਰਹਿ ਲਈ ਭਾਰਤੀ ਸਹਿਤ ਕਦਮੀ ਪੁਰਸਕਾਰ ਜਾਂ ਅਵਾਰਡ ਮਿਲਿਆ ਹੈ ਆਨਸਰ ਸੱਚ ਦੇ ਵਸਤਰ ਲਹਿਰ ਹੁਲਾ ਰਹੇ ਕੱਚ ਸੱਚ ਅਦਵਾਟੀ 96 ਅਨਸਰ ਕਰੋ ਪਹਿਲਾ ਵੇਲੇ ਦਾ ਅਨਸਰ ਸਸਾ ਹੋ ਚੁੱਕਿਆ ਭਾਈ ਵੀਰ ਸਿੰਘ ਬਿਲਕੁਲ ਤੁਹਾਡਾ ਸਹੀ ਹੈ ਠੀਕ ਹੈ ਕਿਹੜਾ ਕਵੀ ਜਿਆਦਾ ਗੁਰਬਾਣੀ ਦੇ ਨਾਲ ਬਤੇਰੇ ਜੁੜਿਆ ਹੈ ਉਹ ਹੈ ਭਾਈ ਵੀਰ ਸਿੰਘ ਅਗਲਾ ਕੁਚਨ ਹੈ ਸੋਨ ਸਿੰਘ ਮੀਸਾ ਨੂੰ ਕਿਹੜੇ ਕਾਪ ਸੰਗ੍ਰਹਿ ਲਈ 파ਰਤੀ ਸਾਹਿਤ ਕੋ ਪੁਸਤਕਾਲ ਮਿਲਿਆ ਹੈ ਅਨਸਰ ਕੱਚ ਦੇ ਵਸਤਰ ਹਰ ਲਹਿਰ ਖਲਾਰੇ ਕੱਚ ਸੱਚ ਅਦਵਾਟੇ ਸ਼ਨੀਮਦ ਅਨਸਰ ਤੁਸੀਂ ਕਰ ਰਹੇ ਹੋ ਏ ਬਿਲਕੁਲ ਅਨਸਰ ਤੁਹਾਡਾ ਦੇਖ ਲੈਣੇ ਚੈੱਕ ਕਰਕੇ ਠੀਕ ਹੈ ਅਨਸਰ ਏ ਠੀਕ ਹੈ ਕੱਚ ਦੇ ਵਸਤਰ ਠੀਕ ਹੈ ਕੱਚ ਦੇ ਵਸਤਰ ਜਿਵੇਂ ਦੇਖਿਆ ਵੇ 1974 ਦੇ ਵਿੱਚ ਪ੍ਰਕਾਸ਼ਿਤ ਹੋਈ ਜੋ ਕਾਵ ਸੰਗ੍ਰਹਿ ਹੈ ਠੀਕ ਹੈ 1974 ਦੇ ਵਿੱਚ ਔਰ ਜਿਸ ਦੇ ਲਈ ਸੋਨ ਸਿੰਘ ਮੀਸਾ ਨੂੰ ਕੀ ਮਿਲਿਆ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਰਾਈਟ ਆਨਸਰ ਹੈਗਾ ਊੜਾ ਕੱਚ ਦੇ ਵਸਤਰ ਅਗਲੇ ਕੁਐਸਚਨ ਤੇ ਆਇਓ ਜਜ਼ਾਰਵਾਦੀ ਕਾਵ ਦਾ ਜਾਂ ਕਾਵ ਤਾਰਾ ਨੂੰ ਪ੍ਰਭਾਵਿਤ ਹੈ ਮੰਨ ਲਓ ਜੋ ਜਜ਼ਾਰਵਾਦੀ ਕਵਤਾ ਚ ਕੋਈ ਜਜ਼ਾਰੂ ਕਵਤਾ ਲਿਖਦਾ ਹੈ ਠੀਕ ਹੈ ਜਾਂ ਕੋਈ ਕ੍ਰਾਂਤੀਕਾਰੀ ਕਵਤਾ ਲਿਖਦਾ ਉਹ ਕਿੱਥੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ ਕਰੋ ਆਨਸਰ ਮਾਰਕਸਵਾਦ ਲਹਿਰ ਤੋਂ ਪ੍ਰਗਤੀਵਾਦੀ ਲਹਿਰ ਤੋਂ ਨਕਸਲਵਾਦੀ ਲਹਿਰ ਤੋਂ ਜਾਂ ਪ੍ਰਕਤ ਕੋਈ ਠੀਕ ਨਹੀਂ ਆਨਸਰ ਕਰੋ 97 ਦਾ ਜੀ ਹਾਂ 97 ਦਾ ਆਨਸਰ ਥੈਂਕ ਯੂ ਜੀ ਸੁਮਨਦੀਪ ਕੋ ਹਾਂ 97 ਦਾ ਆਨਸਰ ਕਰੋ ਕੀ ਰਹੇਗਾ 97 ਦਾ ਆਨਸਰ ਬਿਲਕੁਲ ਰਾਈਟ ਕੀ ਰਹੇਗਾ ਜੀ 97 ਦਾ ਆਨਸਰ ਸੀ ਆਨਸਰ ਤੁਸੀਂ ਕਰ ਰਹੇ ਹੋ ਬਿਲਕੁਲ ਸਹੀ ਹੈ ਤੁਹਾਡਾ ਸੀ ਆਨਸਰ ਠੀਕ ਹੈ नक्सਲਵਾਦੀ ਕਿਉਂਕਿ नक्सਲਵਾਦ ਜਿਹੜੀ ਕਿ ਲਹਿਰ ਹੈ नक्सਲਵਾਦ ਦੇ ਨਾਲ ਹੀ ਜਿਹੜੀ ਕ੍ਰਾਂਤੀ ਹੁੰਦੀ ਹੈ नक्सਲਵਾਦ ਦੇ ਨਾਲ ਹੀ ਜੁਜਾਰਵਾਦੀ ਪ੍ਰਵਿਰਤੀ ਜਿਹੜੀ ਸ਼ਾਮਲ ਹੁੰਦੀ ਹੈ ਤਾਂ नक्सਲਵਾਦੀ ਠੀਕ ਹੈ ਜਿਵੇਂ ਕਿ ਆਪਾਂ ਦੇਖਿਆ ਸੀ ਜੋ ਪਾਸ਼ ਸੀ ਹੈ ਨਾ ਅਵਤਾਰ ਸੰਧੂ ਪਾਸ਼ ਉਸ ਬਾਰੇ ਆਪਾਂ ਇੱਕ ਲੈਕਚਰ ਬਣਾਇਆ ਸੀ नक्सਲਵਾਦ ਨਾਲ ਸ਼ਾਇਦ ਜੁੜ ਗਿਆ ਸੀ ਉਹ ठीक है इसे करके आ, उसने जजारवादी या क्रांतिकारी कवितावान हैं ठीक है, है? नक्सलमोरी ठीक है जी आंसर है ईडी अगे आ जाओ शेयर 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 है की है काव्य रूप है काव्य भेद है या काव काव्यद है जव्य काव नाट है करो आंसर अठानवे का आंसर की रहेगा अठानवे का आंसर की रहेगा शेयर है काव्य भेद है काव्य काव रूप है ਜਾਂ ਕਾਵ ਸੰਧ ਹੈ ਜਾਂ ਕਾਵ ਨਾਟਕ ਹੈ ਹਾਂ नक्सਲਵਾਰੀ ਕ੍ਰਾਂਤੀਕਾਰੀ ਲਹਿਰ ਹੁੰਦੀ ਹੈ ਠੀਕ ਹੈ ਕਹਿਣਾ ਮਤਲਬ 98 ਦਾ ਅਨਸਰ ਕਰੋ 99 ਦਾ ਅਨਸਰ ਹੋ ਚੁੱਕਿਆ ਹੈ ਈਡੀ नक्सਲਵਾਰੀ ਲਹਿਰ ਜਾਂ नक्सਲਵਾਦੀ ਕੈਸੋ ਨੇ ਜੀ ਠੀਕ ਹੈ ਜੀ 98 ਦਾ ਅਨਸਰ ਕੀ ਕਰ ਰਹੇ ਹੋ ਤੁਸੀਂ ਕਾਵ ਰੂਪ ਕਰੇ ਵਸਰ ਬੀ ਦੇਖਦੇ ਆ ਸ਼ੇਅਰ ਕੀ ਹੈ ਹੂੰ 6ਰ ਕੀ ਹੈ ਅੰਸ਼ ਦੇਖਦੇ ਆ ਕੀ ਰਹੇਗਾ ਔਰ ਇਸ ਦੇ ਵਿੱਚ ਥੋੜਾ ਜਿਹਾ ਟੋ ਡਾ ਅੰਸਰ ਜਿਹੜਾ ਕੀ ਆ ਰਿਹਾ ਹੈਗਾ 20 ਆ ਰਿਹਾ ਪਰ ਦੇਖਦੇ ਆ ਅੰਸਰ ਬਿਲਕੁਲ ਇਸ ਤਰ੍ਹਾਂ ਕੀ ਹੋਣਾ ਚਾਹੀਦਾ 98 ਦਾ ਬਿਲਕੁਲ ਰਾਈਟ ਅੰਸਰ ਜੋ ਹੋ ਜਾਏਗਾ ਠੀਕ ਹੈ ਸਾਰੇ ਅੰਸਰ ਕਰੋ हां परविंदर कौर जी आंसर ਤੁਸੀਂ ਠੀਕ ਦੇ ਰਹੇ ਹੋ ਸੰਜੀ ਕੁਮਾਰ ਅਨਸਰ ਠੀਕ ਹੈ ਤੁਹਾਡਾ ਆ ਜਗਦੀਪ ਸਿੰਘ ਪ੍ਰਵਿੰਦਰ ਠੀਕ ਹੈ ਜੀ ਹਾਂ ਕਾਪੇਦ ਬ੍ਰਿੰਦਰਪਾਲ ਜੀ ਤੁਸੀਂ ਵੀ ਠੀਕ ਹੋ ਅਨਸਰ ਇਸ ਦਾ ਕਾਪੇਦ ਹੋਏਗਾ ਉੜਾ ਅਨਸਰ ਹੋਏਗਾ ਨਾ ਕਿ ਕਾਬ ਰੂਪ ਹੋਏਗਾ ਸ਼ੇਅਰ ਕੀ ਹੈ ਇੱਕ ਕਾਪੇਦ ਹੈ ਅਨਸਰ ਹੋਏਗਾ ਉੜਾ ਤਿੰਨ ਅਨਸਰ ਨਹੀਂ ਹੋਏਗਾ ਨਾ ਹੀ ਦੋ ਅਨਸਰ ਹੋਏਗਾ ਅਨਸਰ ਹੋਏਗਾ ਨੰਬਰ 1 ਕਾਬ ਪੇਦ ਚਲੋ ਅਗਿਆ ਸ਼ੇਅਰ ਦਾ ਅੰਗ ਹੈ ਕੀ ਹੈ ਸ਼ੇਅਰ ਦਾ ਅੰਗ ਹੈ ਕਾਫੀਆ ਤੋਲ ਇਰਾਦਾ ਉਪਰੋਕਤ ਸਾਰੇ ਜੀ 99 ਦਾ ਅਨਸਰ ਕਰੋ ਸ਼ੇਅਰ ਦਾ ਅੰਗ ਹੈ ਜਲਦੀ ਕਰੋ ਅਨਸਰ ਕੀ ਰਹੇਗਾ 99 ਦਾ ਅਨਸਰ 98 ਦਾ ਅਨਸਰ ਹੋ ਚੁੱਕਿਆ ਆਪਣਾ ਬਿਲਕੁਲ ਸਹੀ ਜੋ ਤੁਸੀਂ ਬੋਲਿਆ ਔਰ 99 ਦਾ ਅਨਸਰ ਹੋ ਸ਼ੇਅਰ ਦਾ ਅੰਗ ਹੈ ਕੀ ਜਲਦੀ ਜਲਦੀ ਠੀਕ ਹੈ ਜਲਦੀ ਜਲਦੀ ਅਨਸਰ ਕਰੋ ਨਰਿੰਦਨ ਮੈਦਾ ਕੀ ਰਹੇਗਾ ਜੀ ओके डी आंसर उपरोक्त सारे बिल्कुल सही है 99 ਦਾ ਸ਼ੇਅਰ ਦਾ ਅੰਗ ਹੈ ਉਪਰੋਕਤ ਸਾਰੇ ਕਾਫੀਆ ਤੋਲ ਇਰਾਦਾ ਸਸ ਆਨਸਰ ਆਲੀ ਤੇ ਆਜੋ ਗਜ਼ਲ ਦਾ ਅਰਥ ਹੈ ਜੀ 100 ਦਾ ਜੋ ਆਨਸਰ ਕੀ ਰਹੇਗਾ ਅੱਗੇ ਗਜ਼ਲ ਦਾ ਅਰਥ ਹੈ ਇਸਤਰੀਆਂ ਨਾਲ ਵਾਰਤਾਲਾਪ ਇੱਕ ਵਚਨ ਵੀ ਪੁੱਛਿਆ ਜਾ ਸਕਦਾ ਕਈ ਵਾਰੀ ਗਜ਼ਲ ਦਾ ਕੀ ਅਰਥ ਹੈ ਇਸਤਰੀਆਂ ਨਾਲ ਵਾਰਤਾਲਾਪ ਪਾਵ ਪ੍ਰੇਮ ਪ੍ਰੇਮ ਮੂਰਤ ਪ੍ਰੇਮ ਪੂਰਤ ਹੈ ਨਾ ਕਪਤਾ ਜਿਹਨੂੰ ਕਹਿ ਸਕਦੇ ਆਪਾਂ ਪ੍ਰੇਮ ਭਰਪੂਰ ਵੀ ਕਹਿ ਸਕਦੇ ਨੇ ਇੱਥੇ ਪੂਰਤ ਲਿਖਿਆ ਜਾਂਦਾ ਨੇ ਕਪਤਾ ਤਾਂ ਇਸ ਦੇ ਵਿੱਚ ਠੀਕ ਹੈ ਤਾਂ ਇਸ ਦੀ ਪ੍ਰਵਾਸ਼ਾ ਕਿਸ ਨੇ ਕੀਤੀ ਹੈ ਇਹ ਵਾਲੀ ਪ੍ਰਵਾਸ਼ਾ ਗਾਜ਼ਲ ਦਾ ਅਰਥ ਹੈ ਇਸਤਰੀਆਂ ਨਾਲ ਬਾਰਤਾਲਾ ਭਾਵ ਪ੍ਰੇਮ ਪੂਰਤ ਕਪਤਾ ਤਾਂ ਇਹ ਪ੍ਰਵਾਸ਼ਾ ਕਿਸ ਦੀ ਹੈ ਮੌਨ ਸਿੰਘ ਦੀ ਹੈ ਪਾਈਕਾਨ ਸਿੰਘ ਨਾਪਾ ਡਾਕਟਰ ਦੀਵਾਨ ਸਿੰਘ ਹੈ ਜਾਂ ਪ੍ਰੋਫੈਸਰ ਪੂਰਨ ਸਿੰਘ ਹੈ ਸੌਦਾ ਆਨਸਰ ਕਰੋ ਕੀ ਰਹੇਗਾ ਜੀ हाँ आंसर करो जल्दी आंसर थोड़ा आ चुके हैं देख, है। 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 देख लें पर बिल्कुल राइट आंसर सौ का की होना चाहिए हाँ हरवंश कौर आंसर डी कर रहे हैं परमजीत कौर ए डी ए आंसर हो चुके मोहन सिंह कर पूर कौर देख हैं की रहेगा आंसर सारे करो आंसर सौदा का की रहेगा एन्सर ਸਭ ਤੋਂ ਜਲਾ ਰਹੇ ਹੈ ਬਾਕੀ ਹਾਂ ਆਮਨ ਬੁੱਟਰ ਦਾ ਅੰਸਰ ਦੇਖਦੇ ਹਾਂ ਕੀ ਕਹਿੰਦਾ ਕਾਨ ਸਿੰਘ ਨਾਭਾ ਹਾਂ ਰਮਨ ਰਿੰਪੀ ਅੰਸਰ ਬੀ ਦੱਸ ਰਿਹਾ ਹੈ ਚਲੋ ਕਰੋ ਜਲਦੀ ਸਾਰੇ ਅੰਸਰ ਇਸ ਦਾ 100 ਨੰਬਰ ਕੁਐਸਚਨ ਦਾ ਗਾਜ਼ਲ ਦਾ ਅਰਥ ਹੈ ਇਸਤਰੀਆਂ ਨਾਲ ਬਾਰਤਾਲਾ ਪਾਪ ਪ੍ਰੇਮਪੂਰਤ ਕਪਤਾਏ ਪ੍ਰਵਾਸ਼ਾ ਕਿਸ ਦੀ ਹੈ ਠੀਕ ਆ ਸੁਖਚੰਨ ਸਿੰਘ ਜੀ ਬੀ ਅੰਸਰ ਦੱਸ ਰਿਹਾ ਹੈ ਗਰੀਮਾ ਸ਼ਰਮਾ ਬੀ ਹਰਜਿੰਦਰ ਕੌਰ ਗੋਲੀ ਬੀ ਕੋਰਸਿੰਬੀ ਦਸਰੇ ਗਿਆ ਠੀਕ ਹੈ ਚਲੋ ਹੋਰ ਵੀ ਕਰੋ ਜਲਦੀ ਜਲਦੀ ਆਨਸਰ ਕੇਰੋਂਜੀ ਬਹੁਤ ਵਧੀਆ ਓਕੇ ਗਰੀਮਾ ਸ਼ਰਮਾ ਐਪਰੀਸ਼ੀਏਟ ਕਰ ਰਹੇ ਹੈਗੇ ਹਾਂ ਗਜ਼ਲ ਅਰਬੀ ਪਾਸ਼ਾ ਦਾ ਸ਼ਬਦ ਹੈਗਾ ਇਹ ਤੁਹਾਨੂੰ ਪਤਾ ਹੈ ਠੀਕ ਹੈ ਸ਼ਬਦ ਅਰਥ ਹੈ ਰਸੀ ਸੂਤ ਡੋਰਾ ਪਾਈ ਕਾਂਸੀ ਨਾਬਾਣੇ हां बिल्कुल राइट आंसर हैगा का, पाई कांसिं नापा आड़ा आंसर हैगा त आड़ा आंसर बिल्कुल राइट होएगा जी आड़ा पाई कांसिं नापा 100 ਦਾ ਆਨਸਰ ਹੈਗਾ ਆੜਾ ਚਲੋ ਠੀਕ ਹੈ ਜੀ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਾਂਗੇ ਲਗਭਗ ਆਪਣੇ 20 ਕੁਐਸਚਨ ਹੋ ਚੁੱਕੇ ਠੀਕ ਹੈ ਕਿਸ ਤਰ੍ਹਾਂ ਰਹੀ ਅੱਜ ਦੀ ਕਲਾਸ ਔਰ ਇਸ ਕੁਐਸਚਨ ਦਾ ਆਨਸਰ ਤੁਸੀਂ ਦੱਸ ਦਿਓ ਕਮੈਂਟ ਕਰਕੇ ਬਾਅਦ ਦੇ ਵਿੱਚ ਆਫਲਾਈਨ ਵੀਡੀਓ ਤੇ ਔਰ ਆਫਲਾਈਨ ਵੀਡੀਓ ਤੇ ਜਰੂਰ ਕਮੈਂਟ ਕਰਿਆ ਕਰੋ ਠੀਕ ਹੈ ਕਿਸ ਤਰ੍ਹਾਂ ਤੁਹਾਨੂੰ ਲੱਗੀ ਵੀਡੀਓ ਔਰ ਇਸਤਲਾਵਾ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰਕੇ ਜਾ ਕਰੋ ਗਾਜ਼ਲ ਕਿਹੜੀ ਪਾਸ਼ਾ ਦਾ ਸ਼ਬਦ ਹੈ ਇਸ ਦਾ ਅਨਸਰ ਤੁਸੀਂ ਕਰਦੇ ਹੋ ਕੱਲ ਤੋਂ ਇੱਥੋਂ ਹੀ ਸਟਾਰਟ ਕਰਾਂਗੇ ਠੀਕ ਹੈ ਜਿੰਨੇ ਇੰਪੋਰਟੈਂਟ ਕੁਐਸਚਨ ਹੋਣਗੇ ਕਰਾਂਗੇ ਜ਼ਰੂਰ ਅੱਜ ਦਾ ਲੈਕਚਰ ਸਮਾਪਤ ਹੁੰਦਾ ਹੈਗਾ ਠੀਕ ਹੈ ਕਿਸ ਤਰ੍ਹਾਂ ਲੱਗੀ ਕਲਾਸ ਸਪਾਰਕ ਔਰ ਅੱਛੀ ਜੀ ਤੁਸੀਂ ਪਹਿਲਾਂ ਨਹੀਂ ਦਿਖਾਈ ਦਿੱਤੇ ਬਹੁਤ ਲੇਟ ਆਏ ਹੋਗੇ ਤੁਸੀਂ ਓਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਹਾਂ ਅੱਜ ਮੌਸਮ ਜਿਹੜਾ ਥੋੜਾ ਜਿਹਾ ਖੂਬ ਮੌਸਮ ਕਹਿ ਸਕਦੇ ਆਪਾਂ ਬਾਪ ਚੋਰ ਰਹੀ ਆ ਮੇਰੀ ਰੀਦ ਵਿੱਚ ਲਗਭਗ ਮਾਰਨਿੰਗ ਤੋਂ ਹੀ ਜਿਹੜੀ ਠੀਕ ਹੈ ਬਹੁਤ ਹੀ ਜਿਹੜਾ ਵਧੀਆ ਕਲਾਸ ਰਹੀ ਐ ਅੱਜ ਠੀਕ ਹੈ ਔਰ ਪੇਡ ਕਲਾਸ ਜਿਹੜੀ ਜਰੂਰ ਜੁਮੈਨ ਕਰ ਸਕਦੇ ਹੋ ਤੁਸੀਂ 15 ਜੂਨ ਤੋਂ ਪਹਿਲੇ-ਪਹਿਲੇ ਠੀਕ ਹੈ ਬਹੁਤ-ਬਹੁਤ ਥੈਂਕ ਯੂ ਸਾਰਿਆਂ ਦਾ ਹਾਂ ਕੋਈ ਵੀ ਸਜੈਸ਼ਨ ਕੋਈ ਵੀ ਡਾਟ ਹੈ ਤਾਂ ਕਮੈਂਟ ਕਰ ਸਕਦੇ ਹੋ 1 ਮਿੰਟ ਆਪਾਂ ਤੁਹਾਡੀ ਕਮੈਂਟ ਲਾਵਾਂਗੇ ਜਰੂਰ ਹਾਂ ਪਿੰਦਰਕੌਰ ਕਹ ਰਿਹਾ ਕਿ ਸਰ ਮੈਂ ਮੈਥ ਦੀ ਕਲਾਸ ਲਗਾਉਂਦੇ ਹਾਂ ਨਹੀਂ ਮੈਥ ਦੀ ਕਲਾਸ ਨਹੀਂ ਲਾਉਂਦੇ ਆਪਾਂ ਹੂੰ ਠੀਕ ਹੈ ਅੱਛਾ ਅਰਸ਼ਪਾਲ ਮੈਡਮ ਦੀ ਕਲਾਸ ਕਿਉਂ ਨਹੀਂ ਲੱਗਦੀ ਅਰਸ਼ਪਾਲ ਕਾ ਹੋਰ ਅੱਛੀ ਪੜ੍ਹੇ ਹੈ ਹਾਂ ਅਰਸ਼ਪਾਲ ਮੈਡਮ ਦੀ ਕਲਾਸ ਲੱਗੇਗੀ ਕੋਈ ਗੱਲ ਨਹੀਂ ਜ਼ਰੂਰ ਲੱਗੇਗੀ ਆ ਜੋ ਕਿ ਆਪਾਂ ਉਹਨਾਂ ਦੀ ਇੱਕ ਕਲਾਸ ਚਲਾਈ ਸੀ ETT ਦੀ ਲਈ ਹੈ ਨਾ ETT ਵਾਲੀ ਕਲਾਸ ਆਪਾਂ ਲਗਾਵਾਂਗੇ ਜਰੂਰ ETT ਦੀ ਜਿਹੜੀ ਆਪਾਂ ਹਿਸਟਰੀ ਦੀ ਤਿਆਰੀ ਕਰਾਈ ਸੀ ETT ਵਾਸਤੇ ਠੀਕ ਹੈ ਪੰਜਾਬੀ ਦੀ ਤਿਆਰੀ ਕਰਾਈ ਸੀ ETT ਵਾਸਤੇ ETT ਜੋ ਸਕਰੀਨਿੰਗ ਟੈਸਟ ਹੋਏਗਾ ਤਾਂ ਉਸ ਦੀ ਕਲਾਸ ਮੈਡਮ ਦੁਆਰਾ ਲਗਾਈ ਜਾਏਗੀ ਜਲਦੀ ਹੀ ਠੀਕ ਹੈ ਉਹ ਥੋੜਾ ਜਿਹਾ ਕੋਈ ਬਜ਼ਾ ਹੋਈ ਜਈ ਕਿ ਮੈਡਮ ਕਲਾਸ ਨਹੀਂ ਲੈ ਸਕੇ ਤਾਂ ਉਹ ਜਰੂਰ ਲਗਾਈ ਜਾਏਗੀ ਠੀਕ ਹੈ ਜੀ Okay. ओके ਅਮਨਦੀਪ ਕੌਰ ਕਹਿੰਦੇ ਸਾਡੇ ਧੁੱਪ ਲੱਗੀ ਆਸ ਸੁਲਤਾਨਪੁਰ ਲੋਧੀ ਵਿੱਚ ਓਕੇ ਜੀ ਸੁਲਤਾਨਪੁਰ ਦੀ ਧਰਤੀ ਬਹੁਤ ਹੀ ਜਿਹੜੀ ਪਵਿੱਤਰ ਧਰਤੀ ਕਹਿ ਸਕਦੇ ਆਪਾਂ ਠੀਕ ਹੈ ਠੀਕ ਹੈ ਜੀ ਥੈਂਕ ਯੂ ਸਰਨਾ ਸਰ ਫੀਸ ਕਿੰਨੀ ਹੈ ਪੇਡ ਕਲਾਸ ਦੀ ਹਰ ਇਹਨੂੰ ਬਾਲਾ ਜੀ ਫੀਸ ਤੁਹਾਨੂੰ ਦੱਸ ਦਿੱਤਾ ਕਿ 600 ਰੁਪਏ ਫੀਸ ਆ ਪੇਡ ਕਲਾਸ ਦੀ ਓਨਲੀ 600 ਠੀਕ ਹੈ WhatsApp ਨੰਬਰ ਤੁਹਾਨੂੰ ਦੱਸ ਦਿੱਤਾ ਉਸ ਤੇ ਤੁਸੀਂ SMS ਕਰ ਦਿਓ 98787 31752 ਇਸ ਨੰਬਰ ਤੇ ਔਰ ਈਵਨਿੰਗ ਰੈਡੀ ਰਹੋ ਈਵਨਿੰਗ ਆਪਣੀ 4 ਵਜੇ ਕਲਾਸ ਹੋਏਗੀ ਐਸਐਸਟੀ ਮਾਸਟਰ ਜੀ ਤੁਹਾਨੂੰ ਪਤੀ ਹੈ ਜਿਸ ਦੇ ਵਿੱਚ ਆਪਾਂ ਹਿਸਟਰੀ ਜਿਹੜੀ ਕਰਾ ਰਹੇ ਹਾਂ ਔਰ ਪ੍ਰਾਚੀਨ ਹਿਸਟਰੀ ਲਗਭਗ ਆਪਣੀ ਕੰਪਲੀਟ ਹੋਣ ਵਾਲੀ ਹੈ ਇੱਕ ਦੋ ਲੈਕਚਰ ਦੇ ਵਿੱਚ ਜਿਹੜੀ ਪ੍ਰਾਚੀਨ ਹਿਸਟਰੀ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਫਿਰ ਆਪਾਂ ਮੱਧਕਲੀਨ ਹਿਸਟਰੀ ਕਰਾਂਗੇ ਦਿੱਲੀ ਸਲਤਨਤ ਤੋਂ ਬਾਅਦ ਬਦਾਂਗੇ ਬਾਬਰ ਬਦਾਂਗੇ ਲੋਧੀਆਂ ਵੱਲ ਬਦਾਂਗੇ ਠੀਕ ਇਸ ਤਰ੍ਹਾਂ ਚੱਲੇਗਾ ਫਿਰ ਆਪਾਂ ਮਾਡਰਨ ਹਿਸਟਰੀ ਕਰਾਂਗੇ ਇਸ ਤਰ੍ਹਾਂ ਫਿਰ ਆਪਾਂ ਪੰਜਾਬ ਹਿਸਟਰੀ ਕਰਾਂਗੇ ਫਿਰ ਆਪਾਂ ਵਰਲਡ ਹਿਸਟਰੀ ਦੇ ਜਿਹੜੇ ਟੌਪਿਕ ਆ ਦੋ ਉਹ ਕਰਾਂਗੇ ਠੀਕ ਹੈ ਆਸ ਹੈ ਕਿ ਵਧੀਆ ਲੱਗਿਆ ਹੋਇਆ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਹੂੰ ਠੀਕ ਹੈ ਜੀ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਬਾਏ ਠੀਕ